ਕਿ ਪੰਜਾਬ ਦੇ ਕਾਂਗਰਸੀ ਆਪਣੀ ਆਦਤ ਅਨੁਸਾਰ ਡਰਾਮੇਬਾਜ਼ੀ ਸ਼ੋਸ਼ੇਬਾਜ਼ੀ ਕਰਨ ਲੱਗੇ ਨੇ। ਸਾਡਾ ਕਹਿਣਾ ਇਹ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਿ ਕਾਂਗਰਸੀ ਪੰਜਾਬ ਨਾਲ ਕੀਤੀ ਗਦਾਰੀ ਦੇ ਧੱਬੇ ਅਸਤੀਫੇ ਨਾਲ ਦੇਣ ਨਾਲ ਨਹੀਂ ਧੋ ਸਕਦੇ। ਕਾਂਗਰਸੀ ਕੇਵਲ ਡਰਾਮੇਬਾਜ਼ੀ ਲਈ ਸਿਆਸੀ ਲਾਹੇ ਲੈਣ ਲਈ ਇਸ ਤਰ੍ਹਾਂ ਦੀ ਮਾਰਕੇਬਾਜ਼ੀ ਕਰ ਰਹੇ ਨੇ ਔਰ ਇਹ ਜੱਗ ਜ਼ਾਹਰ ਆ ਕਿ ਕਾਂਗਰਸੀਆਂ ਨੇ ਹਮੇਸ਼ਾ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ, ਧੋਖਾ ਦਿੱਤਾ। ਖਾਸ ਤੌਰ 'ਤੇ ਪੰਜਾਬ ਇਹ ਇਤਿਹਾਸ ਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੂੰ SYL ਨਹਿਰ ਦਾ ਪੁੱਟਣ ਲਈ, ਮਿੱਟੀ ਕੱਢਣ ਲਈ ਚਾਂਦੀ ਦੇ ਬੱਠਲ ਫੜਾਉਣ ਦਾ ਇਤਿਹਾਸ ਆ ਕਾਂਗਰਸ ਦਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਦੇ ਯੋਧਿਆਂ ਦਾ ਆਪਣਾ ਖੂਨ ਡੋਲ ਕੇ ਸ਼੍ਰੀਮਤੀ ਇੰਦਰਾ ਗਾਂਧੀ ਤੋਂ ਬੱਠਲ ਖੋਹਣ ਦਾ ਇਤਿਹਾਸ ਆ। ਕਾਂਗਰਸੀ ਹੁਣ ਕਾਗਜ਼ੀ ਸ਼ੇਰ ਬਣ ਕੇ ਸ਼ਹੀਦ ਬਣਨਾ ਚਾਹੁੰਦੇ ਨੇ ਔਰ ਮੈਂ ਸਮਝਦਾ ਕਿ ਰਾਸ਼ਟਰਪਤੀ ਰਾਜ ਦੀ ਮੰਗ ਕਰਨਾ ਸਿੱਧੇ ਤੌਰ 'ਤੇ SYL ਨਹਿਰ ਪੁੱਟਣ ਲਈ ਕੇਂਦਰ ਨੂੰ ਰਾਹ ਪੱਧਰਾ ਕਰਕੇ ਦੇਣ ਵਾਲੀ ਗੱਲ ਆ। ਸ਼੍ਰੋਮਣੀ ਅਕਾਲੀ ਦਲ ਮੈਦਾਨੇ ਜੰਗ ਵਿੱਚ ਲੜੇਗਾ, ਕਾਂਗਰਸੀਆਂ ਨੂੰ ਮੈਦਾਨ ਛੱਡ ਕੇ ਨਹੀਂ ਭੱਜਣਾ ਚਾਹੀਦਾ ਔਰ ਸ਼੍ਰੋਮਣੀ ਅਕਾਲੀ ਦਲ ਆਪਣਾ ਇਤਿਹਾਸਕ ਰੋਲ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨ ਦਾ ਨਿਭਾਏਗਾ। 1976 ਤੋਂ ਲੈ ਕੇ ਅੱਜ ਤੱਕ ਜੇ ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਰੋਕ ਕੇ ਰੱਖਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਜਨ ਸ਼ਕਤੀ ਰਾਹੀਂ, ਲੋਕ ਸ਼ਕਤੀ ਰਾਹੀਂ ਜਿਹੜੇ ਸੰਘਰਸ਼ ਲੜੇ ਉਹਨਾਂ ਦੀ ਬਦੌਲਤ ਰੱਖਿਆ ਔਰ ਅੱਜ ਵੀ ਸਾਡਾ ਕਹਿਣਾ ਕਿ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਕੀਤਾ ਉਹ ਗੈਰ ਵਿਧਾਨਕ ਆ। ਅੱਜ ਸੁਪਰੀਮ ਕੋਰਟ ਦੇ ਫੈਸਲੇ ਨੇ ਦੇਸ਼ ਦੇ ਅੱਗੇ ਇੱਕ ਨਵੀਂ ਬਹਿਸ ਪੈਦਾ ਕਰਤੀ ਕਿ ਸੰਵਿਧਾਨ ਵੱਡਾ ਜਾਂ ਅਦਾਲਤਾਂ ਵੱਡੀਆਂ ਨੇ। ਸ਼੍ਰੋਮਣੀ ਅਕਾਲੀ ਦਲ ਸੰਵਿਧਾਨ ਦੇ ਨਾਲ ਖੜ੍ਹਾ, ਸ਼੍ਰੋਮਣੀ ਅਕਾਲੀ ਦਲ ਸੰਵਿਧਾਨ ਦੀ ਰਾਖੀ ਲਈ, ਸੰਵਿਧਾਨ ਦੀ ਇੱਜ਼ਤ ਲਈ ਡਟ ਕੇ ਲੜੇਗਾ। ਜਿਹੜੇ ਭਾਰਤ ਦੇ ਸੰਵਿਧਾਨ ਨੇ ਸਾਨੂੰ ਪੰਜਾਬ ਦੇ ਪਾਣੀਆਂ ਦਾ ਮਾਲਕ ਬਣਾਇਆ, ਮਾਲਕੀ ਦਾ ਹੱਕ ਨਾ ਤਾਂ ਕੋਈ ਅਦਾਲਤ ਖੋਹ ਸਕਦੀ ਹੈ, ਨਾ ਕੋਈ ਵਿਅਕਤੀ ਖੋਹ ਸਕਦਾ, ਨਾ ਕੋਈ ਸਰਕਾਰ ਖੋਹ ਸਕਦੀ। ਆ ਰਹੇ ਪਾਰਲੀਮੈਂਟ ਸੈਸ਼ਨ ਦੇ ਅੰਦਰ ਅਸੀਂ ਅਡਜਾਰਨਮੈਂਟ ਮੋਸ਼ਨ ਲੈ ਕੇ ਆਵਾਂਗੇ ਔਰ ਇਹ ਫੈਸਲਾ ਭਾਰਤੀ ਪਾਰਲੀਮੈਂਟ ਨੂੰ ਕਰਨਾ ਪਵੇਗਾ ਕਿ ਦੇਸ਼ ਦਾ ਵਿਧਾਨ ਵੱਡਾ ਜਾਂ ਅਦਾਲਤਾਂ ਵੱਡੀਆਂ ਨੇ। ਮੈਂ ਸਮਝਦਾ ਕਿ ਇਹ ਜਿਹੜਾ ਤਾਜ਼ਾ ਫੈਸਲਾ ਇਹ ਦੇਸ਼ ਦੇ ਵਿਧਾਨ ਲਈ ਇੱਕ ਬਹੁਤ ਵੱਡਾ ਚੈਲੰਜ ਆ, ਚੁਣੌਤੀ ਆ ਔਰ ਦੇਸ਼ ਦੇ ਲੋਕ ਰਾਜ ਲਈ ਖਤਰੇ ਦੀ ਘੰਟੀ ਆ ਔਰ ਲੋਕ ਰਾਜ ਵਿੱਚ ਵਿਸ਼ਵਾਸ ਰੱਖਣ ਵਾਲੇ, ਸੰਵਿਧਾਨ ਦਾ ਆਦਰ ਸਤਿਕਾਰ ਕਰਨ ਵਾਲੇ ਹਰ ਵਿਅਕਤੀ ਨੂੰ ਮੈਂ ਸਮਝਦਾ ਕਿ ਸੰਵਿਧਾਨ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ। ਇਹ ਮਸਲਾ ਅਸੀਂ ਪਾਰਲੀਮੈਂਟ 'ਚ ਵੀ ਉਠਾਵਾਂਗੇ ਔਰ ਜਿਵੇਂ ਕੱਲ੍ਹ ਫੈਸਲਾ ਕੀਤਾ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਕਿ ਅਸੀਂ ਇਸ ਫੈਸਲੇ ਨੂੰ ਤੇ ਜਨਤਕ ਕਚਹਿਰੀ ਵਿੱਚ, ਲੋਕ ਕਚਹਿਰੀ ਵਿੱਚ ਸੰਵਿਧਾਨ ਦੇ ਹੱਕ ਵਿੱਚ ਫਤਵਾ ਲਵਾਂਗੇ। ਅਸੀਂ ਕਾਂਗਰਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ 16 ਤਰੀਕ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਸੈਸ਼ਨ ਰੱਖਿਆ ਵਿਸ਼ੇਸ਼, ਉਹ ਸੈਸ਼ਨ ਦੇ ਵਿੱਚ
ਉਹਨਾਂ ਨੂੰ ਆਉਣਾ ਚਾਹੀਦਾ, ਅਸਤੀਫੇ ਨਹੀਂ ਦੇਣੇ ਚਾਹੀਦੇ, ਕਿਉਂਕਿ ਪੰਜਾਬ ਪੱਖੀ ਪੰਜਾਬ ਦੇ ਹਿਤੈਸ਼ ਲਈ ਹਿੱਤ ਵਿੱਚ ਅਸੈਂਬਲੀ ਅੰਦਰ ਜਿਹੜੇ ਫੈਸਲੇ ਹੋਣੇ ਨੇ ਉਹਦੇ ਵਿੱਚ ਕਾਂਗਰਸੀਆਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ, ਉਹ ਤੋਂ ਕਿਨਾਰਾ ਨਹੀਂ ਕਰਨਾ ਚਾਹੀਦਾ। ਆਪਣੀ ਕਾਂਗਰਸ ਪਾਰਟੀ ਦੇ ਰਾਸ਼ਟਰੀ ਆਗੂਆਂ ਦੀਆਂ ਗਲਤੀਆਂ ਕੁਤਾਹੀਆਂ 'ਤੇ ਪਰਦਾ ਪਾਉਣ ਲਈ, ਉਹਨਾਂ ਨੂੰ ਦਬਾਉਣ ਲਈ ਭਗੌੜੇ ਨਹੀਂ ਹੋਣਾ ਚਾਹੀਦਾ ਕਾਂਗਰਸ ਲੀਡਰਾਂ ਨੂੰ, ਪੰਜਾਬੀਆਂ ਨੂੰ, ਬਲਕਿ ਪੰਜਾਬ ਦੇ ਨਾਲ ਖੜ੍ਹਨਾ ਚਾਹੀਦਾ। ਵਾਅਦਾ ਮਾਫ ਗਵਾਹ ਬਣ ਕੇ ਭੁਗਤਣ ਦੀ ਕਾਂਗਰਸੀਆਂ ਪੰਜਾਬ ਦੇ ਕਾਂਗਰਸੀਆਂ ਦੀ ਆਦਤ ਜਿਹੜੀ ਆ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ। ਪੰਜਾਬ ਦਾ ਖਾਂਦੇ ਨੇ, ਪੰਜਾਬ ਦਾ ਹੰਢਾਉਂਦੇ ਨੇ, ਪੀਂਦੇ ਨੇ, ਪਰ ਆਖਰ ਪੰਜਾਬ ਨਾਲ ਗਦਾਰੀ ਕਰਦੇ ਨੇ। ਇਹ ਜਿਹੜੇ ਅਸਤੀਫੇ ਨੇ ਇਹ ਵੀ ਪੰਜਾਬ ਨਾਲ ਗਦਾਰੀ ਕਰਨ ਵਾਲੇ ਹੋਣਗੇ, ਜੇ 16 ਤਰੀਕ ਦੇ ਵਿਸ਼ੇਸ਼ ਸੱਦੇ ਸੈਸ਼ਨ ਦੇ ਵਿੱਚ, ਜਿਸ ਵਿੱਚ ਪੰਜਾਬ ਦੀ ਸਰਕਾਰ ਨੇ ਫੈਸਲਾ ਕੀਤਾ ਅਕਾਲੀ ਦਲ ਦੇ ਫੈਸਲੇ ਦੀ ਡਾਇਰੈਕਸ਼ਨ ਦੇ ਵਿੱਚ, ਕਿ ਪੰਜਾਬ ਨਾਲ ਹੁਣ ਤੱਕ ਹੋਏ ਸਾਰੇ ਨਿਆਂ ਧੱਕੇ ਕਿਸੇ ਤਰ੍ਹਾਂ ਦੇ ਜਿਹੜੇ ਹੋਏ ਨੇ ਉਹਨਾਂ ਨੂੰ ਰੋਕਣ ਲਈ ਕਾਨੂੰਨੀ ਤੌਰ 'ਤੇ ਪੈਰਵਾਈ ਕੀਤੀ ਜਾਵੇ। ਸੋ ਇਸ ਲਈ ਮੇਰੀ ਅਪੀਲ ਆ ਉਹਨਾਂ ਨੂੰ ਪਾਰਟੀ ਵੱਲੋਂ ਕਿ ਉਹ ਪੰਜਾਬ ਦਾ ਜੇ ਹਿੱਤ ਚਾਹੁੰਦੇ ਨੇ, ਪੰਜਾਬ ਦਾ ਜੇ ਭਲਾ ਚਾਹੁੰਦੇ ਨੇ, ਤਾਂ ਉਹ ਜ਼ਰੂਰ ਉਹਦੇ ਵਿੱਚ ਸ਼ਾਮਿਲ ਹੋਣ। ਇਹ ਪਰਦਾਫੋਸ਼ੀ ਜਿਹੜੀ ਆ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਸਵਾਗਤ ਲਈ 1982 ਵਿੱਚ ਦਿੱਤੇ ਇਸ਼ਤਿਹਾਰ, ਉਹ ਇਤਿਹਾਸ ਦੇ ਪੰਨਿਆਂ ਤੋਂ ਮਿਟਾਏ ਨਹੀਂ ਜਾ ਸਕਦੇ। ਰਾਸ਼ਟਰਪਤੀ ਜੀ ਨੂੰ ਵੀ ਪਾਰਟੀ ਵੱਲੋਂ ਪੱਤਰ ਲਿਖਿਆ ਗਿਆ, ਅੱਜ ਅਸੀਂ ਸਾਡੇ MLA ਮੈਂਬਰ ਪਾਰਲੀਮੈਂਟ ਰਾਸ਼ਟਰਪਤੀ ਜੀ ਨੂੰ ਵੀ ਮਿਲਾਂਗੇ, ਕਿਉਂਕਿ ਰਾਸ਼ਟਰਪਤੀ ਦੇਸ਼ ਦੇ ਵਿਧਾਨ ਦਾ ਕਸਟੋਡੀਅਨ ਨੇ। ਅੱਜ ਦੇਸ਼ ਦੇ ਵਿਧਾਨ ਦੀ ਮੈਂ ਸਮਝਦਾ ਇੱਕ ਚੈਲੇਂਜ ਆ, ਬਤੌਰ ਕਸਟੋਡੀਅਨ ਕੰਸਟੀਟਿਊਸ਼ਨ ਦੇ ਰਾਸ਼ਟਰਪਤੀ ਜੀ ਨੂੰ ਵੀ ਆਪਣਾ ਇਤਿਹਾਸਕ ਰੋਲ ਨਿਭਾਉਣਾ ਹੋਏਗਾ। ਅਸੀਂ ਇਹ ਸਾਰੀ ਪੁਕਾਰ ਜਿਹੜੀ ਆ ਉਹ ਰਾਸ਼ਟਰਪਤੀ ਜੀ ਕੋਲ ਵੀ ਜਾ ਕੇ ਡੈਪੂਟੇਸ਼ਨ ਮਿਲ ਕੇ ਕਰੇਗਾ।